सत श्री अकाल जी सारिआं नूं, मैं अमनदीप कौर हाजर हाँ जी तुहाडी अज की बी ए सैकेंड ईयर की ऑनलाइन क्लास के स्वागत है जी। साडा बी ए सैकेंड ईयर की ऑनलाइन क्लास के अज असी इतने बी ए सैकेंड ईयर की जिहड़ी ऑनलाइन क्लास के मध्यकाल की चुनवी पंजाबी कविता जिहड़ी काव्य संग्रह आ उहदे बारे जानकारी हासिल करांगे जी। मध्यकाल की तुहानू पता ही है कि असी जिहड़ी तुहाडी इत्थे मध्यकाल की चुनवी पंजाबी कविता काव्य संग्रह शुरू किया होया आ, जिहदे विच असी मियाँ वजीद जी नूं पढ़ चुके हाँ। मियाँ वजीद तो बाद साढ़े दूसरे कवि जी बुले शाह जी जिहड़े हैगे आ उह चल रहे हन। उहनां दीआं कुछ रचनावां जिन्हां नूं तुसीं पहलां तुहाडीआं ऑनलाइन क्लास दे विच पढ़ चुके हो, ते जिहड़ी कल असी उहनां दी रचना कीती सी जी, कि जिहदे विच उहनां ने ਤੁਹਾਨੂੰ ਮੈਂ ਨਹੀਂ ਰਿਹਾ ਕਾਈ, ਜਿਹਦੇ ਵਿੱਚ ਕਿ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਜਾਣ ਤੋਂ ਬਾਅਦ ਮਨੁੱਖ ਦੇ ਅੰਦਰਲੀ ਹਉਮੈ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ, ਅਤੇ ਜਦੋਂ ਮਨੁੱਖ ਦੇ ਅੰਦਰਲੀ ਹਉਮੈ ਖਤਮ ਹੁੰਦੀ ਆ ਤਾਂ ਫਿਰ ਉਸਨੂੰ ਹਰ ਇੱਕ ਚੀਜ਼ ਦੇ ਵਿੱਚ ਪਰਮਾਤਮਾ ਹੀ ਪਰਮਾਤਮਾ ਵਸਦਾ ਨਜ਼ਰ ਆਉਣ ਲੱਗ ਜਾਂਦਾ ਹੈ। ਕੱਲ੍ਹ ਜਿਹੜੀ ਇਹ ਰਚਨਾ ਅਸੀਂ ਇੱਥੇ ਕੀਤੀ ਸੀ ਜੀ, ਅੱਜ ਜਿਹੜੀ ਕਿ ਅਸੀਂ ਬੁੱਲੇ ਸ਼ਾਹ ਜੀ ਦੀ ਇੱਕ ਅੱਜ ਦੀ ਕਲਾਸ ਵਿੱਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋਏ ਹਾਂ ਜੀ, ਉਹ ਆ ਸਾਡੇ ਕੋਲ ਬਸਕਰ ਜੀ ਹੁਣ ਬਸਕਰ ਜੀ, ਜਿਹੜੀ ਕਿ ਸਾਡੀ ਮੱਧਕਾਲ ਦੀ ਚੋਣਵੀਂ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਵਿੱਚ ਦਰਜ ਹੈ, ਜਿਹਨੂੰ ਲਿਖਿਆ ਹੈ ਬੁੱਲੇ ਸ਼ਾਹ ਜੀ ਨੇ। ਬੁੱਲੇ ਸ਼ਾਹ ਜੀ ਦੀਆਂ ਜਿਹੜੀਆਂ ਕਾਫੀਆਂ, ਕਈ ਤਰ੍ਹਾਂ ਦੀ ਕਿਸਮ ਦੀਆਂ ਕਾਫੀਆਂ ਦੇ ਵਿੱਚ ਜਿਹੜੀਆਂ ਲਿਖੀਆਂ ਗਈਆਂ ਆ, ਅਤੇ ਇਹ ਜਿਹੜੀਆਂ ਕਾਫੀਆਂ ਬਹੁਤ ਜ਼ਿਆਦਾ ਮਸ਼ਹੂਰ ਕਾਫੀਆਂ ਆ। ਬੁੱਲੇ ਸ਼ਾਹ ਦੀ ਹਰ ਇੱਕ ਕਾਫੀ ਦੇ ਵਿੱਚ ਸਾਨੂੰ ਅਲੱਗ ਅਲੱਗ ਜਿਹੜੀ ਰੰਗ ਆ ਉਹ ਵਿਖਾਈ ਦਿੰਦਾ ਆ। ਜਿੱਦਾਂ ਕਿ ਬੁੱਲੇ ਸ਼ਾਹ ਜੀ ਬਾਰੇ ਮੈਂ ਤੁਹਾਨੂੰ ਪਹਿਲੀਆਂ ਕਲਾਸਾਂ ਦੇ ਵਿੱਚ ਦੱਸਿਆ ਸੀ ਕਿ ਬੁੱਲੇ ਸ਼ਾਹ ਜੀ ਦਾ ਜਿਹੜਾ ਜਨਮ ਆ ਉਹ ਕਸੂਰ ਵਿੱਚ ਹੋਇਆ ਸੀਗਾ, ਅਤੇ ਕਹਿੰਦੇ ਬੁੱਲੇ ਸ਼ਾਹ ਦਾ ਵਸਣ ਕਸੂਰ ਜਿੱਥੇ ਉੱਗਦੀ ਲੰਮੀ ਅਖਜੂਰ। ਅਤੇ ਬੁੱਲੇ ਸ਼ਾਹ ਜੀ ਦੇ ਜਿਹੜੇ ਗੁਰੂ ਆ ਉਹ ਸ਼ਾਹ ਇਨਾਇਤ ਜੀ ਆ। ਬੁੱਲੇ ਸ਼ਾਹ ਜਿਹੜੇ ਹੈਗੇ ਆ ਆਪਣੇ ਗੁਰੂ ਸ਼ਾਹ ਇਨਾਇਤ ਜੀ ਨੂੰ ਬਹੁਤ ਜ਼ਿਆਦਾ ਪਿਆਰ ਜਿਹੜਾ ਆ ਉਹ ਕਰਦੇ ਆ। ਮੁਰਸ਼ਦ ਦੀ ਬੰਦਗੀ ਦੇ ਵਿੱਚ ਸਦਾ ਲੀਨ ਰਹਿਣ ਵਾਲੇ, ਪਰਮਾਤਮਾ ਦੀ ਭਗਤੀ ਕਰਨ ਵਾਲੇ ਬੁੱਲੇ ਸ਼ਾਹ ਜੀ ਕਹਿੰਦੇ ਜਦੋਂ ਇਹਨਾਂ ਦਾ ਮਿਲਾਪ ਸ਼ਾਹ ਇਨਾਇਤ ਜੀ ਨਾਲ ਹੋਇਆ ਸੀਗਾ ਤਾਂ ਇਹ ਸ਼ਾਹ ਇਨਾਇਤ ਜੀ ਨੇ ਇਹਨਾਂ ਨੂੰ ਪ੍ਰਸ਼ਨ ਪੁੱਛਿਆ ਸੀ ਕਿ ਉਹ ਇੱਥੇ ਕੀ ਕਰਨ ਆਏ ਹਨ। ਬੁੱਲੇ ਸ਼ਾਹ ਦੇ ਜਿਹੜੇ ਗੁਰੂ ਆ ਉਹ ਸ਼ਾਹ ਇਨਾਇਤ ਆ, ਅਤੇ ਸ਼ਾਹ ਇਨਾਇਤ ਜੀ ਨੇ ਜਦੋਂ ਬੁੱਲੇ ਸ਼ਾਹ ਜੀ ਸ਼ਾਹ ਇਨਾਇਤ ਜੀ ਨੂੰ ਮਿਲਣ ਗਏ ਸੀ ਤਾਂ ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ ਸੀ, ਤਾਂ ਬੁੱਲੇ ਸ਼ਾਹ ਜੀ ਨੇ ਇਹੀ ਕਿਹਾ ਸੀ ਕਿ ਰੱਬ ਨੂੰ ਪਾਉਣਾ ਉਹਨਾਂ ਦਾ ਜਿਹੜਾ ਮੇਨ ਮਕਸਦ ਹੈ। ਤਾਂ ਸ਼ਾਹ ਇਨਾਇਤ ਜੀ ਦੀ ਉਹਨਾਂ 'ਤੇ ਕਿਰਪਾ ਹੋਈ, ਸੱਚਾ ਮੁਰਸ਼ਿਦ ਬੁੱਲੇ ਸ਼ਾਹ ਜੀ ਨੂੰ ਪ੍ਰਾਪਤ ਹੋਇਆ, ਅਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਫਿਰ ਬੁੱਲੇ ਸ਼ਾਹ ਜੀ ਨੂੰ ਰੱਬ ਦੀ ਪ੍ਰਾਪਤੀ ਵੀ ਹੁੰਦੀ ਹੈ। ਪਰ ਜਿਹੜੀ ਅੱਜ ਦੀ ਰਚਨਾ ਆ ਇਹਦੇ ਵਿੱਚ ਬੁੱਲੇ ਸ਼ਾਹ ਜੀ ਜਿਹੜੇ ਆਪਣੇ ਗੁਰੂ ਦੀ ਨਰਾਜ਼ਗੀ ਨੂੰ ਖਤਮ ਕਰਨ ਲਈ ਕਹਿੰਦੇ ਆ, ਕਹਿੰਦੇ ਹਨ ਕਿ ਕੁਛ ਕਾਰਨ ਅਜਿਹੇ ਹੋਏ ਜਿਸ ਦੇ ਕਾਰਨ ਬੁੱਲੇ ਸ਼ਾਹ ਜੀ ਦਾ ਗੁਰੂ ਸ਼ਾਹ ਇਨਾਇਤ ਜੀ ਇਹਨਾਂ ਨਾਲ ਨਾਰਾਜ਼ ਹੋ ਗਏ, ਗੁੱਸੇ ਹੋ ਗਏ, ਅਤੇ ਬੁੱਲੇ ਸ਼ਾਹ ਜੀ ਫਿਰ ਉਹਨਾਂ ਨੂੰ ਮਨਾਉਣ ਦੀ ਖਾਤਰ ਘੁੰਗਰੂ ਬਣ ਕੇ ਨੱਚੇ ਵੀ ਸਨ। ਅਤੇ ਬੁੱਲੇ ਸ਼ਾਹ ਜੀ ਦੀਆਂ ਜਿਹੜੀਆਂ ਅੱਜ ਦੀ ਰਚਨਾ ਆ ਉਹ ਵੀ ਆਪਣੇ ਗੁਰੂ ਦੀ ਨਾਰਾਜ਼ਗੀ ਨੂੰ ਖਤਮ ਕਰਨ ਲਈ ਹੀ ਕਹਿੰਦੀ ਹੈ। ਗੁਰੂ ਦੇ ਰੂਪ ਵਿੱਚ ਬੁੱਲੇ ਸ਼ਾਹ ਅਸਲ ਵਿੱਚ ਆਪਣੇ ਪਰਮਾਤਮਾ ਨੂੰ ਮਨਾਉਣ ਜਾ ਰਹੇ ਹਨ। ਉਹ ਆਪਣੇ ਪਰਮਾਤਮਾ ਨੂੰ ਆਪਣੇ ਨਾਲੋਂ ਨਾਰਾਜ਼ਗੀ ਖਤਮ ਕਰਕੇ ਆਪਣੇ ਅੰਦਰ ਆ ਕੇ ਵਸਣ ਦੀ ਜਿਹੜੀ ਗੱਲ ਆ ਉਹ ਕਰ ਰਹੇ ਹਨ ਕਿ ਇਹ ਪਰਮਾਤਮਾ ਰੂਪੀ ਜਿਹੜੇ ਉਹਨਾਂ ਦੇ ਮੁਰਸ਼ਦ ਜੀ ਆ ਕਿ ਤੁਸੀਂ ਕਿਸੇ ਕਾਰਨ ਕਰਕੇ, ਪਹਿਲਾਂ ਤਾਂ ਉਹ ਕਹਿੰਦੇ ਆ ਕਿ ਪਰਮਾਤਮਾ ਜਿਹੜਾ ਆ ਮਨੁੱਖ ਦੇ ਹਿਰਦੇ ਵਿੱਚ ਜਿਹੜਾ ਵੱਸਦਾ ਆ, ਪਰਮਾਤਮਾ ਹਰ ਇੱਕ ਮਨੁੱਖ ਦੇ ਅੰਦਰ ਵੱਸਦਾ ਹੈ, ਪਰ
ਜਿਹੜਾ ਕਿਸੇ ਕਾਰਨ ਕਰਕੇ ਜਿਹੜਾ ਬੁੱਲੇ ਸ਼ਾਹ ਜੀ ਦਾ ਗੁਰੂ ਮੁਰਸ਼ਿਦ ਪਰਮਾਤਮਾ ਉਹਨਾਂ ਦੇ ਨਾਲੋਂ ਨਾਰਾਜ਼ ਹੋ ਗਿਆ ਹੈ ਅਤੇ ਬੁੱਲੇ ਸ਼ਾਹ ਜੀ ਉਹਨਾਂ ਨੂੰ ਆਪਣੀ ਨਾਰਾਜ਼ਗੀ ਜਿਹੜੀ ਆ ਉਹ ਛੱਡਣ ਦੀ ਬੇਨਤੀ ਕਰਦੇ ਆ, ਕਿਉਂਕਿ ਉਹ ਕਹਿੰਦੇ ਆ ਕਿ ਮੈਂ ਨਾ ਤਾਂ ਪਰਮਾਤਮਾ ਤੇਰੀ ਨਾਰਾਜ਼ਗੀ ਹੀ ਬਰਦਾਸ਼ਤ ਕਰ ਸਕਦਾ ਹਾਂ ਅਤੇ ਨਾ ਹੀ ਤੇਰਾ ਵਿਛੋੜਾ ਮੇਰੇ ਕੋਲੋਂ ਸਹਿ ਯੋਗ ਹੈ, ਮੈਂ ਤੇਰਾ ਵਿਛੋੜਾ ਵੀ ਨਹੀਂ ਸਹਿ ਸਕਦਾ ਕਿਉਂਕਿ ਮੈਂ ਤੈਨੂੰ ਹਮੇਸ਼ਾ ਹੀ ਆਪਣੇ ਹਿਰਦੇ ਵਿੱਚ ਜਿਹੜਾ ਉਹ ਧਾਰਨ ਕੀਤਾ ਹੋਇਆ ਹੈ। ਅਤੇ ਅੱਜ ਦੀ ਜਿਹੜੀ ਇਹ ਰਚਨਾ ਬਸਕਰ ਜੀ ਹੁਣ ਬਸਕਰ ਜੀ ਬੁੱਲੇ ਸ਼ਾਹ ਜੀ ਦੀ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਹੁਣ ਤੂੰ ਆਪਣੀ ਨਾਰਾਜ਼ਗੀ ਮੇਰੇ ਨਾਲ ਖਤਮ ਕਰ ਦੇ, ਮੇਰੇ ਨਾਲ ਕੋਈ ਗੱਲ ਹੱਸ ਕੇ ਕਰ ਲੈ ਕਿਉਂਕਿ ਮੈਂ ਤੇਰੀ ਨਾਰਾਜ਼ਗੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰ ਸਕਦਾ। ਅਤੇ ਇਹ ਰਚਨਾ ਨਾਲ ਦੀ ਨਾਲ ਅਸੀਂ ਬਲੈਕਬੋਰਡ 'ਤੇ ਲਿਖਾਂਗੇ ਅਤੇ ਨਾਲ ਦੀ ਨਾਲ ਉਸਦੀ ਪ੍ਰਸੰਗ ਸਹਿਤ ਵਿਆਖਿਆ ਵੀ ਕਰਾਂਗੇ ਜੀ। ਬਹੁਤ ਜ਼ਿਆਦਾ ਸੋਹਣੀ ਕਾਫੀ ਬੁੱਲੇ ਸ਼ਾਹ ਜੀ ਦੀ, ਚੱਲਦੇ ਹਾਂ ਅਸੀਂ ਆਪਣੀ ਕਾਫੀ ਦੇ ਵੱਲ ਸ਼ੁਰੂ ਕਰਾਂਗੇ ਜੀ। ਬਸਕਰ ਜੀ ਹੁਣ ਬਸਕਰ ਜੀ ਬਸਕਰ ਜੀ ਹੁਣ ਬਸਕਰ ਜੀ ਬਸਕਰ ਜੀ ਹੁਣ ਬਸਕਰ ਜੀ ਕਾਈ ਬਾਤ ਅਸਾ ਨਾਲ ਕਾਈ ਬਾਤ ਅਸਾ ਨਾਲ ਹੱਸ ਕਰ ਜੀ ਕਾਈ ਬਾਤ ਅਸਾ ਨਾਲ ਹੱਸ ਕਰ ਜੀ ਤੁਸੀਂ ਦਿਲ ਮੇਰੇ ਵਿੱਚ ਵਸਦੇ ਹੋ ਤੁਸੀਂ ਦਿਲ ਮੇਰੇ ਵਿੱਚ ਵਸਦੇ ਹੋ ਫਿਰ ਤੁਸੀਂ ਦਿਲ ਮੇਰੇ ਵਿੱਚ ਵਸਦੇ ਹੋ ਤਦ ਸਾਥੋਂ ਦੂਰ ਕਿਉਂ ਸਾਥੋਂ ਦੂਰ ਕਿਉਂ ਨੱਸਦੇ ਸੀ ਤੁਸੀਂ ਦਿਲ ਮੇਰੇ ਵਿੱਚ ਵਸਦੇ ਸੀ ਤਦ ਸਾਥੋਂ ਦੂਰ ਕਿਉਂ ਨੱਸਦੇ ਸੀ ਘੱਤ ਜਾਦੂ ਦਿਲ ਨੂੰ ਖੱਸਦੇ ਸੀ ਦਿਲ ਨੂੰ ਖੱਸਦੇ ਸੀ ਘੱਤ ਜਾਦੂ ਦਿਲ ਨੂੰ ਖੱਸਦੇ ਸੀ ਹੁਣ ਕਿਤ ਵੱਲ ਜਾਸੋ ਹੁਣ ਕਿਤ ਵੱਲ ਜਾਸੋ ਨਸਕਰ ਜੀ ਬਸਕਰ ਜੀ ਹੁਣ ਬਸਕਰ ਜੀ ਕਈ ਵਾਰ ਅਸਾਂ ਨਾਲ ਹੱਸ ਕਰ ਜੀ ਹਾਂਜੀ ਬੁੱਲੇ ਸ਼ਾਹ ਜੀ ਦੀਆਂ ਚੜਾਵਾ ਚੱਲਾਂਗੇ ਪ੍ਰਸੰਗ ਕਰਾਂਗੇ ਕਿ ਇਹ ਕਾਫੀ ਜਿਹੜੀ ਆ ਸਾਡੀ ਮੱਧਕਾਲ ਦੀ ਚੋਣਵੀਂ ਪੰਜਾਬੀ ਕਵਿਤਾ ਵਿੱਚ ਦਰਜ ਹੈ ਜਿਸ ਦੇ ਜਿਹੜੇ ਹੈਗੇ ਆ ਜਿਸ ਨੂੰ ਕਿ ਬੁੱਲੇ ਸ਼ਾਹ ਜੀ ਨੇ ਲਿਖਿਆ ਹੈ। ਇਸ ਵਿੱਚ ਬੁੱਲੇ ਸ਼ਾਹ ਜੀ ਨੇ ਪਰਮਾਤਮਾ ਦੇ ਮਨੁੱਖ ਦੇ ਅੰਦਰ ਵਸਣ ਦੀ ਗੱਲ ਕੀਤੀ ਹੈ ਕਿ ਪਰਮਾਤਮਾ ਹਰ ਇੱਕ ਮਨੁੱਖ ਦੇ ਅੰਦਰ ਵਸਦਾ ਹੈ ਅਤੇ ਬੁੱਲੇ ਸ਼ਾਹ ਜੀ ਜਿਹੜੀ ਹੈਗੀ ਆ ਇੱਥੇ ਆਪਣੇ ਮੁਰਸ਼ਦ ਨੂੰ ਮਨਾਉਣ ਦੇ ਲਈ ਆਪਣੇ ਪਰਮਾਤਮਾ ਨੂੰ ਮਨਾਉਣ ਦੀ ਗੱਲ ਕਰਦੇ ਆ ਜਿਹਦੇ ਲਈ ਉਹ ਜਿਹੜੀ ਉਸ ਪਰਮਾਤਮਾ ਨੂੰ ਜਾਂ ਆਪਣੇ ਮੁਰਸ਼ਦ ਨੂੰ ਆਪਣੀ ਨਾਰਾਜ਼ਗੀ ਖਤਮ ਕਰਨ ਦੇ ਲਈ ਬੇਨਤੀ ਕਰ ਰਹੇ ਆ। ਕਿਉਂ? ਕਿਉਂਕਿ ਪਰਮਾਤਮਾ ਦੀ ਨਾਰਾਜ਼ਗੀ ਅਤੇ ਵਿਛੋੜਾ ਜਿਹੜਾ ਹੈ ਬੁੱਲੇ ਸ਼ਾਹ ਜੀ ਨੂੰ ਬਰਦਾਸ਼ਤ ਨਹੀਂ ਹੈ ਅਤੇ ਉਹ ਉਸ ਨਾਰਾਜ਼ਗੀ ਅਤੇ ਵਿਛੋੜੇ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਕਹਿੰਦੇ ਪਏ ਆ। ਫਿਰ ਕਹਿੰਦੇ ਆ ਜੀ ਬਸਕਰ ਜੀ ਹੁਣ ਬਸਕਰ ਜੀ ਕਿ ਇਹ ਪਰਮਾਤਮਾ ਹੁਣ ਤੂੰ ਆਪਣੀ ਨਾਰਾਜ਼ਗੀ ਮੇਰੇ ਨਾਲ ਖਤਮ ਕਰ ਦੇ ਤੂੰ ਜੋ ਵਿਛੋੜਾ ਜੋ ਨਾਰਾਜ਼ਗੀ ਮੇਰੇ ਨਾਲ ਪੈਦਾ ਕਰ ਲਈ ਹੈ ਉਸਨੂੰ ਖਤਮ ਕਰ ਦੇ ਕਈ ਵਾਰ ਅਸਾਂ ਨਾਲ ਹੱਸ ਕਰ ਜੀ ਅਤੇ ਮੇਰੇ ਨਾਲ ਕੋਈ ਹੱਸ ਕੇ ਗੱਲ
कर लै। तुसी दिल मेरे विच वसदे हो, तुसी मेरे अंदर, तुसी मेरे दिल विच, मेरे हिरदे विच, मेरे अंदर वसदे हो, तद साथों दूर क्यों नसदे हो, फिर तुसी हुण मेरे कोलों दूर क्यों हो रहे हो, मैनू अपने विछोड़े विच क्यों पा रहे हो, मेरे तो दूर क्यों जा रहे हो, कत जादू दिल नू खसदे सी। फिर कहिंदे तुसी हमेशा ही मेरे नाल खुश रहिंदे सी, ते जा मैं तुसी अपने इश्क दे जादू नाल, तुसी अपने जादू दे नाल मेरे दिल नू अपने वस विच कीता होया सी। हुण कित वल जासो नासकर जी, हुण मेरे नाल नाराजगी पैदा करके तुसी किस वल जा रहे हो, हुण तुसी किस तरफ जा रहे हो, बस कर जी, हुण बस कर जी, हुण कृपा करके मेरे नाल आपदी नाराजगी नू खत्म कर दिओ, ते मेरे नाल कोई जड़ी गल ओ हस के कर लवो। बुल्ले शाह जड़ा है अपने मुर्शिद नू, अपने गुरु नू, अपने परमात्मा नू जड़ी नाराजगी है खत्म करन लई बेनती करदा है जी। फिर अगे चलांगे दूसरे पैरे वल। दूसरे पैरे च की कहंदे आ, हाँ जी, दूसरा पैरा, तुसी मोया नू मारना मुकदे सी, तुसी मोया नू मारना मुकदे सी, तुसी मोया नू मारना मुकदे सी, नित खुदो वांगू नित खिदो वांगू कुटदे सी, नित खिदो वांगू कुटदे सी, गल करदिया गल करदिया ता गल कुटदे सी, गल करदिया ता गल कुटदे सी, हुण तीर लायो, हुण तीर लायो तन कस कर जी, बस कर जी, हुण बस कर जी। हाँ जी, बुल्ले शाह फिर की कहंदे आ कि तुसी मोया नू मारना मुकदे सी, भाव तुसी जिहड़ा है तुहाडे विछोड़े दे दुख विच पहलां ही खत्म हो चुके, पहलां ही विछोड़े दे दर्द दे नाल दुख नाल जिहड़ा तड़प रहे बुल्ले शाह नू होर भी मार रहे हो, तुसी मोया नू मारना मुकदे सी, तुसी जिहड़ा अपने विछोड़े दे दुख दे कारण मैनू मार के जिहड़ा है विछोड़े दा दर्द दे के मार रहे हो, नित खिदो वांगू वांगू कुटदे सी, ते तुसी जिस तरह एक गेंद खिदोल गेंद नू जिहड़ा है कुटिया जाता है, कहिंदे इस तरह जेकर कोई मैं अपने पक्ष की गल करता तां तुसी इस तरह सानू मारदे सी, गल करदिआं दा गल कुटदे सी, ते जे मैं कोई गल अपने हथ की करदा तां तुसी मेरा गल कुटदे सी, हुण तीर लायो तन तस्कर जी, ते हुण तुसी अपने विछोड़े दा अपनी नाराजगी दा जो तीर है वह मेरे शरीर विच बहुत जड़ा कस के मार दिता है, मैं थोड़ी नाराजगी बर्दाश्त नहीं कर सकता, तुसी अपनी नाराजगी मेरे नालों खत्म कर दो, क्यों, क्योंकि तुहाडा विछोड़ा जड़ा है उसनू मैं नहीं सह सकता, तुसी अपने विछोड़े दे दर्द विच मरे हुए नू होर क्यों मार रहे हो, तुसी मैनू होर क्यों तंग कर रहे हो, तुसी अपना विछोड़ा अपनी नाराजगी मेरे नालों खत्म कर दो, छड दो, ते मेरे नाल कोई गल हस के कर लवो, क्योंकि तुहाडी नाराजगी
मेरे सहन दे योग नहीं है। अगे चलते हैं जी, नैक्सट पैरा की कहते हैं, तुसी छिपदे सी असी पकड़े हो, अगे चलेंगे जी, अगे तुसी छिपदे सी, तुसी छिपदे सी असा असी पकड़े हो, असी पकड़े हो असा असा विच जिगर दे, असा विच जिगर दे जकड़े हो, असा विच जिगर दे जकड़े हो, तुसी अजे छिपन नू, तुसी अजे छिपन नू तकड़े हो, तुसी अजे छिपन नू तकड़े हो, हुण रहो पिंजर विच, हुण रहो पिंजर विच फस कर जी, बस कर जी, हुण बस कर जी, बस कर जी, हुण बस कर जी, कई बार असा नाल हस कर जी, बस कर जी, हुण बस कर जी। फिर कहंदे तुसी छिपदे सी असा पकड़े हो, फिर बुल्ले शाह कहंदे आ के हे मेरे परमात्मा मेरे मुर्शिद, कहते तुसी सदा ही मेरे तो छिपते सी, मेरे तो छुप जाते सी, ते असी पकड़े हो, ते मैं सदा ही थोनू पकड़दा रहिंदा सी, असा बिच जिगर दे जकड़े हो, ते मैं थोनू पकड़ के अपने हिरदे दे विच अपने दिल दे विच वसा लिया जकड़ लिया सी, तुसी हमेशा मेरे तो छिपदे सी लुकदे सी, ते मैं तुहानू पकड़ लिया सी, ते मैं तुहानू पकड़ के अपने हिरदे दे विच अपने जिगर दे विच अपने मन दे विच जिहड़ा ओ जकड़ लिया सी वसा लिया सी, तुसी अजे छिपण नू तकड़े हो। बुल्ले शाह कहिंदा फिर कि हे मेरे मुर्शिद मेरे परमात्मा, पर तू अज भी छिपण वास्ते बहुत तकड़ा है, तू अज भी छिप जाता है, अज भी तुसी तुहानू कोई जिहड़ा है पकड़ के नहीं रख सकता, कहिंदे तुसी अजे भी छिपण लई बहुत तकड़े हो। हुण रहो पिंजर विच फस कर जी, हुण तुसी मेरे शरीर रूपी पिंजर दे विच फस के रह जाओ, तुसी मेरे दिल दे विच सदा दे लई अपना निवास बना लो, मेरे शरीर रूपी पिंजर दे विच आ जाओ ते सदा लई उत्थे रह जाओ, ते कहिंदे हुण मेरे नाल अपनी नाराजगी खत्म कर दिओ, ते मेरे नाल कोई गल हस के कर लो, क्यों, क्योंकि मैं थोड़ा विछोड़ा नहीं सह सकता, मेरे कोलों तुहाडी नाराजगी हुण होर बर्दाश्त नहीं हो रही, इस करके तुसी इह नाराजगी मेरे नाल खत्म कर दो, ते मेरे नाल हस के गल कर लो। अगे चलते हैं जी, अगले पैरे विच फिर की कहंदे आ, अगले पैरे च बुल्ला बुल्ला सौ बुल्ला सौ असी असी तेरे बरदे हाँ, बुल्ला सौ असी तेरे बरदे हाँ, तेरा मुख तेरा मुख वेखन नू
ਮਰਦੇ ਹਾਂ ਬੁੱਲਾ ਸੋ ਅਸੀਂ ਤੇਰੇ ਮਰਦੇ ਹਾਂ ਤੇਰਾ ਮੁਖ ਵੇਖਣ ਨੂੰ ਮਰਦੇ ਹਾਂ ਬੰਦੇ ਬੰਦੀ ਵਾਂਗਣ ਬੰਦੀ ਵਾਂਗਣ ਮਿੰਤਾ ਕਰਦੇ ਹਾਂ ਮਿੰਤਾ ਕਰਦੇ ਹਾਂ ਹੁਣ ਹੁਣ ਕਿਤ ਬਲ ਹੁਣ ਕਿਤ ਬਲ ਜਾਸੋ ਹੁਣ ਕਿਤ ਬਲ ਜਾਸੋ ਨਸ ਕਰ ਜੀ ਬਸ ਕਰ ਜੀ ਬਸ ਕਰ ਜੀ ਹੁਣ ਬਸ ਕਰ ਜੀ ਕਾਈ ਬਾਤ ਅਸਾਂ ਨਾਲ ਹੱਸ ਕਰ ਜੀ ਕਾਈ ਬਾਤ ਅਸਾਂ ਨਾਲ ਹੱਸ ਕਰ ਜੀ ਹਾਂਜੀ ਅਤੇ ਫਿਰ ਅਗਲੇ ਪੈਰੇ ਵੱਲ ਜਦੋਂ ਬੁੱਲੇ ਸ਼ਾਹ ਜੀ ਵਰਦੇ ਆ ਤਾਂ ਕਹਿੰਦੇ ਬੁੱਲਾ ਸ਼ੌ ਅਸੀਂ ਤੇਰੇ ਵਰਦੇ ਹਾਂ ਬੁੱਲੇ ਸ਼ਾਹ ਕਹਿੰਦਾ ਕਿ ਹੇ ਪਰਮਾਤਮਾ ਹੇ ਮੇਰੇ ਮੁਰਸ਼ਦ ਮੈਂ ਜਿਹੜਾ ਹੈ ਉਹ ਤੇਰਾ ਨੌਕਰ ਹਾਂ ਇਸੇ ਰੂਪ ਵਿੱਚ ਫਿਰ ਕਹਿੰਦੇ ਆ ਕਿ ਮੈਂ ਤੇਰੀ ਜਿਹੜੀ ਹੈਗੀ ਆ ਹੇ ਪਰਮਾਤਮਾ ਮੈਂ ਤੇਰੇ ਚਰਨਾਂ ਦੀ ਦਾਸੀ ਹਾਂ ਬੁੱਲੇ ਸਾਹ ਅਸੀਂ ਤੇਰੇ ਵਰਦੇ ਹਾਂ ਇਸੇ ਰੂਪ ਵਿੱਚ ਕਹਿੰਦੇ ਆ ਕਿ ਮੈਂ ਤੇਰੇ ਚਰਨਾਂ ਦੀ ਦਾਸੀ ਹਾਂ ਅਤੇ ਤੇਰਾ ਮੂੰਹ ਵੇਖਣ ਨੂੰ ਹਮੇਸ਼ਾ ਤਰਸਦੀ ਹਾਂ ਮਰਦੀ ਹਾਂ ਮੈਂ ਤੇਰਾ ਦਰਸ਼ਨ ਦੀਦਾਰ ਹਮੇਸ਼ਾ ਕਰਨਾ ਚਾਹੁੰਦੀ ਹਾਂ ਬੰਦੀ ਵਾਂਗਣ ਮਿੰਨਤਾਂ ਕਰਦੀ ਹਾਂ ਮੈਂ ਇੱਕ ਦਾਸੀਏ ਦੀ ਤਰ੍ਹਾਂ ਇੱਕ ਨੌਕਰਾਣੀ ਦੀ ਤਰ੍ਹਾਂ ਇੱਕ ਦਾਸੀ ਦੀ ਤਰ੍ਹਾਂ ਤੇਰੀਆਂ ਮਿੰਨਤਾਂ ਕਰ ਰਹੀ ਹਾਂ ਕਿ ਹੁਣ ਕਿਤ ਬਲ ਜਾਸੋ ਨਸ ਕਰ ਜੀ ਹੇ ਪਰਮਾਤਮਾ ਮੈਂ ਤੇਰੀ ਦਾਸੀ ਹਾਂ ਅਤੇ ਤੇਰਾ ਮੁੱਖ ਵੇਖਣ ਨੂੰ ਤਰਸ ਰਹੀ ਹਾਂ ਤੇਰੀਆਂ ਮਿੰਨਤਾਂ ਕਰ ਰਹੀ ਹਾਂ ਤੇਰੇ ਦਰਸ਼ਨਾਂ ਵਾਸਤੇ ਤੇਰੀਆਂ ਮਿੰਨਤਾਂ ਕਰਦੀ ਹਾਂ ਤਰਲੇ ਕਰਦੀ ਹਾਂ ਮੈਂ ਇੱਕ ਨੌਕਰਾਣੀ ਵਾਂਗੂ ਇੱਕ ਦਾਸੀ ਵਾਂਗੂ ਤੇਰੇ ਅੱਗੇ ਤਰਲੇ ਪਾ ਰਹੀ ਹਾਂ ਅਤੇ ਹੁਣ ਤੁਸੀਂ ਫਿਰ ਕਿਸ ਵੱਲ ਨੱਸ ਕੇ ਦੌੜ ਕੇ ਕਿਸ ਵੱਲ ਜਾ ਰਹੇ ਹੋ ਤੁਸੀਂ ਮੇਰੇ 'ਤੇ ਕਿਰਪਾ ਕਰ ਦਿਉ ਆਪਣੀ ਨਾਰਾਜ਼ਗੀ ਮੇਰੇ ਨਾਲੋਂ ਖਤਮ ਕਰ ਦਿਉ ਕਿਉਂਕਿ ਮੈਂ ਤੁਹਾਡੀ ਨਾਰਾਜ਼ਗੀ ਜਾਂ ਵਿਛੋੜਾ ਨਹੀਂ ਸਹਿ ਸਕਦੀ ਆਪਣੀ ਨਾਰਾਜ਼ਗੀ ਹਮੇਸ਼ਾ ਲਈ ਮੇਰੇ ਨਾਲੋਂ ਖਤਮ ਕਰਕੇ ਮੇਰੇ ਨਾਲ ਕੋਈ ਗੱਲ ਹੱਸ ਕੇ ਕਰ ਲਵੋ ਤਾਂ ਕਿ ਜਿਹੜਾ ਹੈਗਾ ਮੇਰਾ ਜਿਹੜਾ ਜੀਵਨ ਆ ਉਹ ਸਫਲ ਹੋ ਜਾਵੇ ਹੁਣ ਬੁੱਲੇ ਸ਼ਾਹ ਇਸਤਰੀ ਦੇ ਰੂਪ ਵਿੱਚ ਜਿਹੜੀ ਹੈਗੀ ਆ ਆਪਣੇ ਪਰਮਾਤਮਾ ਦੇ ਅੱਗੇ ਮਿੰਨਤਾਂ ਕਰਦੇ ਆ ਜੀ ਕਿ ਉਹ ਜਿਹੜੀ ਹੈਗੀ ਆ ਉਸਦੀ ਨਾਰਾਜ਼ਗੀ ਵਿਛੋੜਾ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਇਹ ਸੀਗੀ ਸਾਡੀ ਜਿਹੜੀ ਤੁਹਾਡੀ ਕਵਿਤਾ ਜੀ ਸੋਰੀ ਕਾਫੀ ਬਸ ਕਰ ਜੀ ਹੁਣ ਬਸ ਕਰ ਜੀ ਜਿਹਨਾਂ ਨੂੰ ਕਿ ਬੁੱਲੇ ਸ਼ਾਹ ਜੀ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਅਤੇ ਇਸ ਕਾਫੀ ਨੂੰ ਤੁਸੀਂ ਆਪ ਦੋ ਵਾਰ ਜ਼ਰੂਰ ਪੜ੍ਹਿਓ ਪੜ੍ਹਨ ਤੋਂ ਬਾਅਦ ਇਸਦਾ ਕੇਂਦਰੀ ਭਾਵ ਆਪਣੀ ਕਾਪੀਆਂ ਦੇ ਵਿੱਚ ਨੋਟ ਕਰਿਓ ਸਾਰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਹੌਲੀ ਹੌਲੀ ਤੁਸੀਂ ਜੇ ਕਾਪੀਆਂ ਪੜ੍ਹੋਗੇ ਜਿੱਦਾਂ ਕਿ ਤੁਹਾਡੀਆਂ ਹੈਗੀਆਂ ਸਮਝ ਵਿੱਚ ਆਉਣ ਲੱਗ ਜਾਣਗੀਆਂ ਕੋਈ ਔਖਾ ਕੰਮ ਨਹੀਂ ਪੰਜਾਬੀ ਜਿਹੜੀ ਹੈਗੀ ਹੈ ਜੇਕਰ ਤੁਸੀਂ ਪੜ੍ਹੋਗੇ ਆਰਾਮ ਦੇ ਨਾਲ ਤੁਹਾਨੂੰ ਸਮਝ ਆ ਜਾਂਦੀ ਹੈ ਤੁਸੀਂ ਲਿਖ ਪਾਓਗੇ ਅਤੇ ਕੋਸ਼ਿਸ਼ ਕਰਿਆ ਕਰੋ ਜਿਸ ਤਰ੍ਹਾਂ ਮੈਂ ਸਾਰ ਦੱਸਦੀ ਹਾਂ ਕੇਂਦਰੀ ਭਾਵ ਦੱਸਦੀ ਹਾਂ ਉਹ ਆਪਣੀਆਂ ਕਾਪੀਆਂ ਦੇ ਵਿੱਚ ਆਪ ਨੋਟ ਜ਼ਰੂਰ ਕਰ ਲਿਆ ਕਰੋ ਤਾਂ ਕਿ ਇਗਜ਼ਾਮ ਦੇ ਟਾਈਮ ਜਿਹੜੀ ਤੁਹਾਡੀ ਉਹ ਹੈਲਪ ਆ ਹੋ ਸਕੇ ਹਰ ਰੋਜ਼ ਕਲਾਸ ਅਟੈਂਡ ਜ਼ਰੂਰ ਕਰੋ ਥੋੜ੍ਹਾ ਥੋੜ੍ਹਾ ਪੜ੍ਹੋਗੇ ਤਾਂ ਆਪਣੇ ਆਪ ਸਾਰਾ ਜਿਹੜਾ ਉਹ ਪੂਰਾ ਹੋ ਜਾਵੇਗਾ ਅਤੇ ਇਸ ਕਾਫੀ ਦੇ ਹੁਣ ਅਸੀਂ ਕੇਂਦਰੀ ਭਾਵ ਦੇ ਵੱਲ ਚੱਲਾਂਗੇ ਜੀ ਕਿ ਬੁੱਲੇ ਸ਼ਾਹ ਜੀ ਨੇ ਆਪਣੀ ਇਸ ਕਾਫੀ ਦੇ ਵਿੱਚ ਜਿਹੜਾ ਕੇਂਦਰੀ ਭਾਵ ਆ ਉਹ ਇਹੀ ਕਿਹਾ ਕਿ ਪਰਮਾਤਮਾ ਜਿਹੜਾ ਹੈ ਉਹ ਪਰਮਾਤਮਾ ਨੂੰ ਲੋਕ ਜਿਹੜਾ ਹੈ ਉਹ ਆਲੇ ਦੁਆਲੇ ਲੱਭਦੇ ਫਿਰ ਰਹੇ ਹਨ ਪਰ ਅਸਲ ਦੇ ਵਿੱਚ ਪਰਮਾਤਮਾ ਜਿਹੜਾ ਮਨੁੱਖ ਦੇ ਦਿਲ ਦੇ ਵਿੱਚ ਵਸਦਾ ਹੈ ਲੋਕ ਪਰਮਾਤਮਾ ਨੂੰ ਬਾਹਰ ਲੱਭਦੇ ਫਿਰਦੇ ਹਨ ਪਰ ਅਸਲ ਵਿੱਚ ਪਰਮਾਤਮਾ ਮਨੁੱਖ ਦੇ ਅੰਦਰ ਵਸਦਾ ਹੈ ਮਨੁੱਖ ਪਰਮਾਤਮਾ ਦੇ ਵਿਛੋੜੇ ਵਿੱਚ ਤੜਪਦਾ ਫਿਰਦਾ ਹੈ
परमात्मा नूं प्राप्त करन लई हर यतन करता है ते परमात्मा दे अगे अपने दिल विच आके रहन लई अपने शरीर रूपी पिंजर विच आके रहन लई मिन्नता भी करता है। सो इस तरह परमात्मा हर थां ते व्यापक है। ये सीगा जी इसका केंद्रीय भाव ते तुसी इसनों अपनी कापियां दे विच नोट जरूर करियो। हुण असी बुल्ले शाह जी की अगली रचना लैके साडी कल दी क्लास दे विच हाजिर होवांगे। तद तक घरां विच रहो, सुरक्षित रहो, पढ़ते जरूर रहो। धन्यवाद जी।